अंतर्राष्ट्रीय महिला दिवस के मौके पर ध्रुव प्रोडक्शन द्वारा अनुकालिया के अध्यक्षता में नारी सम्मान में एक प्रोग्राम लुधियाना के रोजगारू नगर स्थित इश्मीत सिंह म्यूजिक इंस्टीट्यूट में करवाया गया, जिसमें मुख्य मेहमान के रूप में प्रदर्शनी रजनी बेक्टर को आमंत्रित किया गया था, जिनके हाथों उन महिलाओं को सम्मानित किया गया जिन्होंने अपने कार्य और हिम्मत के बल पे मुकाम हासिल किए हैं। लुधियाना से अजय पाहवा की रिपोर्ट। मैं पेशेंट केयर सेंटर बिद्रमगढ़ नोड से, साड़ी लेबोरेटरी है, उसी लेबोरेटरी से मैं ऑडिट का काम कर दिया, अपने हस्बैंड नाल बिजनेस के बीच हेल्प कर दिया, तो अपने बच्चों और घर में संभाल दिया। मैं बस सारी लेडीज़ में यही आज के वुमेंस डे पे मैसेज देना चाहूँगी कि अब अगे आओ, अपने सपनों को पूरा करो, खुल के जिंदगी जियो, तो जिंदगी दे विच तुहाडे कोई गम ना रह जाए, तो कोई दिल दे विच कशिश ना रह जाए कि असी ये नहीं किया। तो प्लीज आओ, कई बार डर का माहौल होता है, इस करके भी कई महिलाएं जो दब के रह जाती हैं। देखो हर घर का अलग सिचुएशन होती है, हर अलग फैमिली मैंबरस होंगे ने, पर थोड़ी जी सानू हिम्मत दिखानी चाहिए है, अपने सपनों को पूरा करने के लिए सानू अगे आना चाहिए। जे असी थोड़ी हिम्मत करांगे तो परमात्मा अपने आप अगे आके साडी मदद करे। मेरा नाम रेनू बाला है। प्रोफेशन है ਤੁਹਾਡਾ ਤੇ ਅੱਜ ਔਮਨ ਡੇ ਤੇ ਤੁਹਾਨੂੰ ਅਵਾਰਡ ਮਿਲਿਆ? ਮੈਂ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਵਿੱਚ ਐਜ਼ ਏ ਇਨਸਪੈਕਟਰ ਜੌਬ ਕਰਦੀ ਹਾਂ, ਅਤੇ ਮੇਰੇ ਕੰਮ ਨੂੰ ਦੇਖਦੇ ਹੋਏ ਇਹਨਾਂ ਨੇ ਮੈਨੂੰ ਐਪਰੀਸੀਏਸ਼ਨ ਕੀਤਾ ਹੈ, ਐਪਰੀਸੀਏਟ ਕੀਤਾ ਹੈ, ਅਤੇ ਉਹਦੇ ਲਈ ਮੈਨੂੰ ਅਵਾਰਡ ਮਿਲਿਆ। ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਤੁਸੀਂ? ਬਸ ਇਹੀ ਕਿ ਤੁਸੀਂ ਹਿੰਮਤ ਨਾਲ ਆਪਣਾ ਕੰਮ ਕਰੋ ਨਾ, ਤਰੱਕੀਆਂ ਤਾਂ ਹੀ ਮਿਲਣਗੀਆਂ। ਅਤੇ ਤੁਹਾਨੂੰ ਮਤਲਬ ਮੇਰਾ ਨਾਮ ਸ਼ਕਤੀ ਵਰਮਾ ਹੈ। ਅਤੇ ਤੁਹਾਨੂੰ ਅਵਾਰਡ ਦਿੱਤਾ ਗਿਆ ਹੈ? ਹਾਂਜੀ, ਮੈਨੂੰ ਵੂਮੈਨ ਡੇ ਦਾ ਹੀ ਅਵਾਰਡ ਦਿੱਤਾ ਗਿਆ ਹੈ। ਮੈਂ ਆਪਣੀ ਲਾਈਫ ਦੇ ਵਿੱਚ ਬੁਟੀਕ ਦਾ ਕੰਮ ਕਰਦੀ ਹਾਂ, ਅਤੇ ਮੈਂ ਕਿੰਨਾ ਕੁ ਔਖਾ ਰਿਹਾ ਹੈਗਾ ਤੁਹਾਨੂੰ ਇਸ ਤਰ੍ਹਾਂ ਪਹੁੰਚਣਾ? ਮੈਨੂੰ ਆਪਣੀ ਲਾਈਫ 'ਚ ਕਾਫੀ ਮੁਸ਼ਕਿਲ ਰਹੀ ਹੈ, ਅਤੇ ਬੱਚਿਆਂ ਲਈ ਵੀ ਕਾਫੀ ਸੰਘਰਸ਼ ਕਰਨਾ ਪਿਆ ਹੈ। ਹਸਬੈਂਡ ਵੀ ਮੇਰੇ ਬਹੁਤ ਜ਼ਿਆਦਾ ਨੋਰਮਲ ਸੀਗੇ, ਉਹ ਵੀ ਇੰਨੀ ਜ਼ਿਆਦਾ ਆਮਦਨ ਨਹੀਂ ਸੀ ਸਾਡੀ ਲਾਈਫ ਦੇ ਵਿੱਚ, ਅਤੇ ਘਰ ਵੀ ਬਹੁਤ ਪੁਰਾਣੇ ਟਾਈਮ ਦਾ ਸੀ ਜਿੱਥੇ ਮੈਂ ਮੈਰਿਜ ਹੋ ਕੇ ਆਈ ਸੀ, ਅਤੇ ਉੱਥੇ ਖਾਣ ਪੀਣ ਦਾ ਵੀ ਬਹੁਤ, ਮੰਨ ਕੇ ਚੱਲੋ ਵੀ ਨੋਰਮਲ ਹੀ ਸੀਗਾ, ਵੀ ਬਸ ਖਾਣਾ ਪੀਣਾ ਹੀ ਖਾ ਸਕਦੇ ਸੀ, ਕਿਤੇ ਕਿਸੇ ਨਾਲ ਬੋਲਚਾਲ ਨਹੀਂ ਸੀ, ਕਿਤੇ ਆ ਜਾ ਨਹੀਂ ਸੀ ਸਕਦੇ ਗੇ। ਤੁਸੀਂ ਕੀ ਮਹਿਲਾਵਾਂ ਨੂੰ ਕਹਿਣਾ ਚਾਹੋਗੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਕਈ ਮਹਿਲਾਵਾਂ ਦੱਬ ਜਾਂਦੀਆਂ ਨੇ, ਡਰ ਜਾਂਦੀਆਂ ਨੇ, ਅੱਗੇ ਨਹੀਂ ਵੱਧ ਪਾਉਂਦੀਆਂ? ਮੈਂ ਉਹਨਾਂ ਨੂੰ ਇਹੀ ਰਾਏ ਦੇਣਾ ਚਾਹਾਂਗੀ ਵੀ ਜੇ ਉਹਨਾਂ ਦੇ ਅੰਦਰ ਕੁਛ ਕਰਨ ਦਾ ਹੌਸਲਾ ਹੈ ਤਾਂ ਉਹਨਾਂ ਨੂੰ ਅੱਗੇ ਆ ਕੇ ਆਪਣੇ ਕਾਬਲੀਅਤ ਨੂੰ ਦਿਖਾਉਣਾ ਚਾਹੀਦਾ ਹੈ। ਬਸ ਮੈਂ ਇਸ ਤੋਂ ਇਲਾਵਾ ਤਾਂ ਹੋਰ ਕੁਛ ਨਹੀਂ ਕਹਿ ਸਕਦੀ।